ਲਓ ਜੀ ਹੁਣ ਤੁਹਾਡੀ ਫਰਮਾਇਸ਼ 'ਤੇ ਮੈਂ ਤੁਹਾਨੂੰ ਕਰਾਵਾਂਗੀ ਲੋਨ ਦੀ ਸੈਰ। ਲੋਨ ਮੇਰੇ ਦੀ ਸੈਰ ਜਿਹੜੀ ਹੈ ਉਹ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਉਂ ਹੀ ਮੈਂ ਇਸ ਦਰਵਾਜ਼ੇ 'ਚੋਂ ਨਿਕਲਦੀ ਹਾਂ ਤਾਂ ਮੈਨੂੰ ਲੋਨ ਵਰਗੀ ਫੀਲਿੰਗ ਆ ਜਾਂਦੀ ਹੈ। ਇਹ ਦੇਖ ਲਓ ਇੱਥੇ ਮੇਰੇ ਇਹ ਪੋਟ ਨੇ ਜਿਹੜੇ ਕਿ ਮੈਂ ਇਹ ਅੱਗੇ ਦਰਵਾਜ਼ੇ 'ਤੇ ਰੱਖੇ ਨੇ ਅਤੇ ਆਹ ਵੀ ਮੈਂ ਮਾੜਾ ਮੋਟਾ ਗ੍ਰੀਨਰੀ ਕਰਕੇ ਇੱਥੇ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਨਿਕਲਾਂ ਅਤੇ ਗ੍ਰੀਨਰੀ ਹੋਵੇ। ਅਤੇ ਇਸ ਤਰ੍ਹਾਂ ਕਰਕੇ ਇੱਧਰੋਂ ਆਹ ਦੇਖੋ ਮੇਰੇ ਇੰਨੇ ਸੋਹਣੇ ਸੋਹਣੇ ਪਲਾਂਟ ਹੈ ਅਤੇ ਮੈਂ ਇਹਨਾਂ ਦੀ ਸਾਂਭ ਸੰਭਾਲ ਬੜੇ ਉਹਦੇ ਨਾਲ ਕਰਦੀ ਹਾਂ, ਚਾਹ ਨਾਲ, ਬੱਚਿਆਂ ਵਾਂਗ। ਰਾਈਟ, ਦੇਖੋ ਜੀ ਇਹ ਸਾਰੇ ਆ। ਫਿਰ ਇੱਧਰ ਆ ਜਾਂਦੇ ਹੈ ਕਈ, ਹੁਣ ਆਪਾਂ ਨੀਚੇ ਚੱਲਾਂਗੇ। ਇਹ ਤਾਂ ਤੁਸੀਂ ਅੱਗੇ ਵੀ ਵੇਖੇ ਨੇ ਮੇਰੇ ਜਿਹੜੇ ਮੈਂ ਆਰਟੀਫਿਸ਼ਲੀ ਬਣਾਏ ਹੋਏ ਨੇ। ਅਤੇ ਤੁਸੀਂ ਇੱਕ ਗੱਲ ਤੁਹਾਨੂੰ ਹੋਰ ਦਿਖਾਵਾਂਗੀ ਕਿ ਮੇਰੇ ਕੋਲ ਜਿਹੜੀਆਂ ਘਾਹ ਦੀਆਂ ਸਟ੍ਰਿਪ ਬਚ ਗਈਆਂ ਉਹ ਮੈਂ ਇੱਥੇ ਸਾਈਡ ਵਿੱਚ ਲਾ ਦਿੱਤੀ ਆ ਜੇ, ਅਤੇ ਇਸ ਕਰਕੇ ਕਿ ਇਹਦੇ 'ਤੇ ਮਿੱਟੀ ਪੈਂਦੀ, ਇਹਨੂੰ ਕੋਈ ਸਾਫ਼ ਨਹੀਂ ਕਰਦਾ। ਫਿਰ ਮੇਰਾ ਇਹ ਪੋਟ ਇੱਥੇ ਆ ਗਏ, ਘਰੋਂ ਜਿਉਂ ਚੱਲਦੀ ਹਾਂ ਅਤੇ ਮੈਂ ਗ੍ਰੀਨਰੀ ਗ੍ਰੀਨਰੀ ਗ੍ਰੀਨਰੀ, ਚਾਹੇ ਉਹ ਆਰਟੀਫਿਸ਼ਲ ਹੈ ਚਾਹੇ ਉਹ ਸੱਚੀ ਉੱਚੀ ਦੀ ਹੈ। ਇੱਧਰ ਦੇਖੀਏ ਤਾਂ ਮਨੀ ਪਲਾਂਟ, ਮਨੀ ਪਲਾਂਟ, ਇਹ ਸਾਰੀ ਮੇਰੀ ਮਣੀ ਜੇ ਮਣੀ ਜਿਹੜੀ ਹੈ ਨਾ, ਇਹ ਸਾਹ ਆਉਂਦਾ ਇਹਦੇ ਨਾਲ, ਸਾਹ ਆਉਣ ਨਾਲ ਹੀ ਮਨੀ ਆ ਜਾਂਦੀ ਹੈ। ਮੈਂ ਤੁਹਾਨੂੰ ਸਵੇਰੇ ਵੀ ਕਈ ਵਾਰੀ ਕਹਿੰਦੀ ਹੁੰਦੀ ਹਾਂ ਅਤੇ ਤੁਸੀਂ ਮੈਨੂੰ ਕਿਹਾ ਵੀ ਇਹ ਤੁਸੀਂ ਦਿਖਾਓ, ਅਤੇ ਹੁਣ ਮੈਂ ਤੁਹਾਨੂੰ ਇਸੇ ਪਿੱਛੇ ਹੀ ਲਓ, ਮੈਨੂੰ ਜਦੋਂ ਦਿਸ ਜਾਏ ਨਾ ਪੀਲਾ ਪੱਤਾ ਮੈਂ ਉਦੋਂ ਹੀ ਕੱਢ ਕੇ ਇਹਦਾ ਮਾਰਦੀ ਹਾਂ ਪਰਾਂ। ਅਤੇ ਹੁਣ ਮੈਂ ਚੱਲਦੇ ਹਾਂ, ਆਪਾਂ ਤੁਹਾਨੂੰ ਲੈ ਚੱਲਦੇ ਹਾਂ ਨੀਚੇ। ਲਓ ਜੀ ਹੁਣ ਸਾਡਾ ਆ ਗਿਆ ਜੇ ਨੀਚੇ ਵਾਲਾ ਹਿੱਸਾ, ਲਿਫਟ ਦੇ ਅੱਗੇ ਵਾਲਾ, ਅਤੇ ਰਾਹ ਰਾਹ ਜਿਹੜਾ ਉਹ ਇੱਦਾਂ ਦੇਖੋ, ਇਹ ਵੀ ਇੱਥੇ ਮੈਂ ਪੋਟ ਲਾ ਛੱਡੇ ਨੇ, ਇਹ ਵੀ ਇੱਧਰ ਲਿਫਟ ਦੇ ਅੱਗੇ ਵੀ ਰੱਖੇ ਹੋਏ ਨੇ। ਅਤੇ ਇੱਦਾਂ ਹੀ ਮੇਰੇ ਆਹ ਪੋਟ ਚੱਲਦੇ 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 ਚੱਲਦੇ, ਅਤੇ ਇਹ ਸਾਰੀ ਇੱਧਰ ਮੇਰਾ ਮਨੀ ਪਲਾਂਟ, ਯੇ ਵੋ ਸ਼ੌਕ, ਸਿਰਫ ਇਹਨੂੰ ਤੁਸੀਂ ਸ਼ੌਕ ਹੀ ਕਹਿ ਸਕਦੇ ਹੋ। ਇੱਧਰ ਨੂੰ ਆ ਜਾਏ ਨਾ ਜਦੋਂ ਬਾਹਰ ਨੂੰ, ਅਤੇ ਫਿਰ ਮੇਰੇ ਸ਼ੁਰੂ ਹੋ ਜਾਂਦੇ ਨੇ ਬੜੇ ਵਧੀਆ ਵਧੀਆ ਵਾਲੇ ਪਲਾਂਟਸ। ਲਓ ਜੀ ਇਹ ਦੇਖੋ, ਇੱਥੋਂ ਜਾਂਦੀ ਜਾਂਦੀ ਮੈਂ ਘੁੰਮਦੀ ਘੁੰਮਦੀ ਜਦੋਂ ਮੈਂ ਸੈਰ ਕਰਨ ਨਿਕਲਦੀ ਅਤੇ ਇੱਧਰੋਂ ਜਾਂਦੀ ਜਾਂਦੀ ਮੈਂ ਪਹੁੰਚ ਜਾਂਦੀ ਹਾਂ ਫਿਰ ਆਪਣੇ ਲੋਨ ਵਿੱਚ। ਚਲੋ ਚਲੀਏ ਸਾਡੇ ਲੋਨ ਵਿੱਚ, ਕਰਾਈਏ ਤੁਹਾਨੂੰ ਸੈਰ। ਲਓ ਜੀ ਇਹ ਫਿਰ ਦੇਖੋ ਇੰਨੇ ਪੋਟਸ, ਤੁਸੀਂ ਮੈਨੂੰ ਟੋਟਲ ਪੁੱਛੋ ਨਾ ਕਿੰਨੇ ਪੋਟਸ। ਮੈਂ ਤੁਹਾਨੂੰ ਦੱਸਦੀ ਹਾਂ ਵੀ ਇਹ ਪੋਟਸ ਮੇਰੇ ਕੋਲ ਟੋਟਲ ਹੈਗੇ ਨੇ 300 ਪੋਟ ਹੈ ਜਿਹਦੇ ਵਿੱਚ ਅੱਡ ਅੱਡ ਤਰ੍ਹਾਂ ਦੇ। ਇਹ ਦੇਖੋ ਇਹ ਮੇਰੇ ਬਹੁਤ ਹੀ ਮਨਪਸੰਦ ਜਿਹੜੇ ਬੂਟੇ ਨੇ ਉਹ ਨੇ ਕਲਰ ਫੁੱਲਾਂ ਵਾਲੇ, ਕਲਰ ਪੱਤਿਆਂ ਵਾਲੇ, ਕਿੰਨੇ ਸੋਹਣੇ ਸੋਹਣੇ ਰੰਗਾਂ ਦੇ, ਕਈ ਰੰਗਾਂ ਦੇ, ਕਈ ਵਿੱਚੋਂ ਖਰਾਬ ਹੋ ਜਾਂਦੇ ਨੇ, ਕੁਛ ਕੁਛ ਹੋ ਜਾਂਦਾ, ਬਟ ਆਈ ਡੋਂਟ ਮਾਇੰਡ, ਇਹ ਚੱਲਦਾ ਹੀ ਰਹਿੰਦਾ। ਇਹ ਦੇਖੋ ਇੱਕ ਬਹੁਤ ਸਾਰੇ, ਇਹ ਬਹੁਤ ਆਪਣੇ ਆਪ ਹੀ ਅੱਗੋਂ ਦੀ ਅੱਗੋਂ ਲੱਗ ਜਾਂਦੇ ਨੇ। ਇਹ ਹੋ ਗਏ, ਇੱਧਰ ਦੇਖੋ ਇਹ ਮੇਰਾ ਬਹੁਤ ਪੁਰਾਣਾ, ਇਹ 30 ਸਾਲ ਪੁਰਾਣਾ ਪਲਾਂਟ ਹੈ, 30 ਸਾਲ ਪੁਰਾਣਾ ਹੀ ਪੋਟ ਹੈ। ਇਹਨੂੰ ਮੈਂ ਡਰਦੀ ਮਾਰੀ ਚੇਂਜ ਨਹੀਂ ਕਰਦੀ ਵੀ ਕਿਤੇ ਇਹ ਨਾ ਹੋਵੇ ਖਰਾਬ ਹੋ ਜਾਵੇ। ਅਤੇ ਇੱਦਾਂ ਕਰਕੇ ਇੱਧਰੋਂ ਜਾਂਦੇ 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 ਦੇਖੋ ਫਿਰ ਇਹ ਜਿਹੜੇ ਨੇ ਇਹ ਕੁਛ ਧਰਤੀ 'ਚ, ਕੁਛ ਇੱਧਰ, ਕੁਛ ਉੱਧਰ, ਜੋ ਮੈਨੂੰ ਜਿਸ ਤਰ੍ਹਾਂ ਠੀਕ ਲੱਗਦਾ ਮੈਂ ਉਵੇਂ ਜਿਹੜਾ ਰੱਖ ਦਿੰਦੀ ਹਾਂ। ਇਹ ਜਿਹੜਾ ਚੁੱਲ੍ਹਾ ਹੈ ਇਹ ਸੈਕਟਰ 19 ਦਾ, ਅਤੇ ਮੇਰੀਆਂ ਯਾਦਾਂ ਇਹਦੇ ਨਾਲ ਬਹੁਤ ਜੁੜੀਆਂ ਹੋਈਆਂ ਨੇ। ਇਹ ਹੈ ਜੀ ਮੇਰਾ ਪਾਰਕਿੰਗ ਜਿਹੜੀ ਮੇਰੀ ਹੈ ਕਾਰਾਂ ਦੀ ਪਾਰਕਿੰਗ, ਉਹਦਾ ਏਰੀਆ। ਇੱਥੇ ਵੀ ਫਿਰ ਆਹ ਜਿਹੜੇ ਥੱਲੇ ਦਿਸਦੇ ਆ ਨਾ ਜੀ, ਇਹ ਹੈਗੇ ਨੇ ਸਟੈਂਡ ਬਣ ਗਏ, ਜਿਹੜੀਆਂ ਸਾਡੀਆਂ ਗਰਿੱਲਾਂ ਗਰੁੱਲਾਂ ਨਿਕਲੀਆਂ ਸੀ ਰੈਨੋਵੇਸ਼ਨ ਵੇਲੇ, ਉਹਦੇ ਬਣ ਗਏ ਅਤੇ ਮੈਨੂੰ ਅੱਛੇ ਲੱਗੇ ਅਤੇ ਮੈਂ ਉਹਨੂੰ ਇੱਥੇ ਬਣਵਾ ਲਿਆ। ਥੋੜ੍ਹਾ ਜਿਹਾ ਇੱਧਰ ਜਾਈਏ ਤਾਂ ਥੋੜ੍ਹੇ ਜਿਹੇ ਬੂਟੇ ਜਿਹੜੇ ਹੈ ਉਹ ਆਪਾਂ ਇੱਧਰ ਵੀ ਰੱਖ ਛੱਡੇ, ਕਿਉਂਕਿ ਬਹੁਤ ਪਲਾਂਟ ਨੇ ਤਾਂ ਫਿਰ ਮੈਂ ਕਿਹਾ ਇੱਕੋ ਥਾਂ 'ਤੇ ਕਾਹਨੂੰ ਰੱਖਣੇ,
ਥੋੜ੍ਹੇ 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 ਕਿਤੇ ਕਿਤੇ ਅਸੀਂ ਰੱਖ ਛੱਡਦੇ ਹਾਂ ਅਤੇ ਚਲੀਏ ਅੰਦਰ ਹੁਣ ਬਾਈ ਆ ਜਾਓ ਅੰਦਰ ਆਉਂਦੇ ਹਾਂ ਇਹ ਜੀ ਦੇਖੋ ਇਹ ਏਰੀਆ ਜਿਹੜਾ ਸੀ ਨਾ ਤੁਸੀਂ ਇਹ ਜਿਹੜਾ ਏਰੀਆ ਹੈ ਨਾ ਇਹ ਇਹਦੇ 'ਤੇ ਬੰਦ ਬੜਾ ਪੈਂਦਾ ਇੱਥੇ ਨਾ ਅਸੀਂ ਟੂਟੀ ਲਵਾਈ ਹੋਈ ਹੈ ਸਵੇਰੇ ਸਾਰੇ ਜਣੇ ਟੂਟੀ ਤੋਂ ਪਾਣੀ ਇੱਥੋਂ ਹੀ ਲੈਂਦੇ ਨੇ ਪਾਣੀ ਬਹੁਤ ਠੰਡਾ ਅਤੇ ਬਹੁਤ ਇੰਜੋਏ ਕਰਦੇ ਨੇ ਪਾਣੀ ਨੂੰ ਪਰ ਪਾਣੀ ਇੱਥੇ ਨਾ ਫਿਰ ਗਿਰਦਾ ਬਹੁਤ ਸੀ ਫਿਰ ਮੈਂ ਆਹ ਥੋੜ੍ਹਾ ਜਿਹਾ ਲੈਮਨ ਗਰਾਸ ਅਤੇ ਆਹ ਬੋਗਨ ਵਿੱਲਾ ਥੋੜ੍ਹਾ ਬਹੁਤ ਇਹ ਲਾ ਛੱਡਿਆ ਐਵੇਂ ਥੋੜ੍ਹਾ ਜਿਹਾ ਸ਼ੌਕ ਜਿਹੜਾ ਉਹ ਪੂਰਾ ਕਰਨ ਲਈ ਇਹ ਫਰਨ ਵੀ ਮੇਰੀ ਜਿਹੜੀ ਹੈ ਨਾ ਜੀ ਇਹ ਮੇਰੀ 30-35 ਸਾਲ ਪੁਰਾਣੀ ਇਹਦੇ ਵਿੱਚੋਂ ਜਿੰਨੇ ਮਰਜ਼ੀ ਆਪਾਂ ਅਗਲੇ ਦੇ ਅਗਲੇ ਪੋਟਸ ਬਣਾ ਸਕਦੇ ਹਾਂ ਕਿਸੇ ਨੂੰ ਚਾਹੀਦੀ ਹੋਵੇ ਲੈ ਵੀ ਸਕਦੇ ਹੋ ਅਤੇ ਇਹ ਫਿਰ ਇਸ ਤੋਂ ਬਾਅਦ ਜੀ ਇਹ ਵੀ ਬੜੇ ਪਿਆਰੇ ਪਲਾਂਟ ਹੈਗਾ ਅਤੇ ਇਹਨੂੰ ਫੁੱਲ ਪਰ ਸਵੇਰੇ ਹੀ ਲੱਗਦੇ ਨੇ ਫਿਰ ਜੀ ਆਪਾਂ ਆ ਗਏ ਨਿੰਬੂਆਂ ਦੇ ਕੋਲ ਇਹ ਤਾਂ ਮੇਰੀ ਜਾਨ ਹੈ ਬੂਟਾ ਦੇਖੋ ਜੀ ਇਹਦੇ ਵਿੱਚ ਇੰਨੇ ਨਿੰਬੂ ਲੱਗਦੇ ਸੀ ਇਹਨਾਂ ਨੂੰ ਪੁੱਛਿਆ ਕਿ ਕੋਈ ਪ੍ਰੋਬਲਮ ਹੈ ਵੀ ਜਿਹੜੇ ਬਹੁਤ ਜ਼ਿਆਦਾ ਨਿੰਬੂ ਨਹੀਂ ਲੱਗੇ ਕਦੀ ਕਦੇ ਕੁਝ ਮਿਲ ਜਾਂਦਾ ਪਰ ਇਹਦੇ ਵਿੱਚ ਮਣਾ ਮੂੰਹ ਹੀ ਨਿੰਬੂ ਲੱਗਦਾ ਹੁੰਦਾ ਸੀ ਐਤਕੀ ਕੋਈ ਮੌਸਮ ਦੀ ਜਿਹੜੀ ਹੈ ਉਹ ਮਾਰ ਪੈ ਗਈ ਹੈ ਇੱਧਰ ਅਸੀਂ ਫਿਰ ਕੀ ਹੈ ਆਹ ਬੈਠਣ ਉੱਠਣ ਨੂੰ ਤਾਂ ਸ਼ੈੱਡ ਜਿਹਾ ਪਾਇਆ ਹੋਇਆ ਵੇ ਗਵਰਨਮੈਂਟ ਨੇ ਹੀ MC ਨੇ ਪਾਇਆ ਹੋਇਆ ਵੇ ਅਤੇ ਇਹ ਦੇਖੋ ਫਿਰ ਅਸੀਂ ਬਾਹਰ ਜਿਹੜੀ ਹੈ ਨਾ ਮੇਰੀ ਲਿੱਲੀ ਅਤੇ ਹਲਦੀ ਇਹ ਦੋਨੋਂ ਚੀਜ਼ਾਂ ਇੱਕੋ ਹੀ ਕਿਆਰੀ ਦੇ ਵਿੱਚ ਇੰਨੀ ਹਲਦੀ ਹੁੰਦੀ ਹੈ ਔਰ ਇੰਨੀਆਂ ਇਹ ਲਿੱਲੀ ਵਿੱਚ ਤਾਂ ਖੈਰ ਇੱਕੋ ਵਾਰੀ ਹੀ ਫਲਾਰ ਆਉਂਦਾ ਸਾਲ ਦੇ ਵਿੱਚ ਆਹ ਦੇਖੋ ਹਲਦੀ ਉੱਥੋਂ ਦੀ ਨਿਕਲ ਨਿਕਲ ਕੇ ਇੱਧਰ ਵੀ ਆਈ ਪਈ ਜੇ ਦੇਖੋ ਇਹ ਹਲਦੀ ਹੈ ਅਤੇ ਕਿੰਨੀ ਇੰਨੀ ਕੱਚੀ ਹਲਦੀ ਜਿਹਨੇ ਖਾਣੀ ਹੋਵੇ ਇਹ ਬਹੁਤ ਮਜ਼ੇ ਵਾਲੀ ਉਹ ਹੈਗੀ ਹੈ ਅਸੀਂ ਜਗ੍ਹਾ ਦੀ ਬਸ ਇਹ ਮੈਂ ਵੀ ਬਿਊਟੀਫਾਈ ਤਾਂ ਚਲੋ ਜਿਹੜਾ ਹੁੰਦਾ ਸੋ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਪਰ ਅਸੀਂ ਉਹਨੂੰ ਚਾਹੁੰਦੇ ਹਾਂ ਬਈ ਚਲੋ ਗੰਧ ਨਾ ਘੱਟੋ ਘੱਟ ਦਿਖੇ ਇਹ ਫਿਰ ਉਹ ਵੀ ਸਾਰੇ ਅਸੀਂ ਇੱਦਾਂ ਹੀ ਕਲਰਡ ਪੱਤਿਆਂ ਵਾਲੇ ਜਿਹੜੇ ਲਾਏ ਹੋਏ ਨੇ ਗਮਲੇ ਇਹ ਲੋਨ ਮੇਰੇ ਬੈਠਣ ਵਾਲਾ ਲੋਨ ਨਹੀਂ ਹੈਗਾ ਤੁਸੀਂ ਪੁੱਛੋਗੇ ਕਿਉਂ ਨਹੀਂ ਹੈਗਾ ਉਹ ਇਸ ਕਰਕੇ ਨਹੀਂ ਹੈਗਾ ਕਿ ਉੱਤੇ ਮਾੜੀ ਜਿਹੀ ਇੱਧਰ ਝਾਤ ਵੇਖੀਏ ਤਾਂ ਉੱਪਰ ਨਾ ਸਭ ਦੇ ਪਾਣੀ ਨੀਚੇ ਗਿਰਨ ਦਾ ਡਰ ਹੁੰਦਾ ਇਸ ਕਰਕੇ ਅਸੀਂ ਬਹੁਤਾ ਇੱਥੇ ਬੈਠਦੇ ਨਹੀਂ ਹਾਂ ਘੁੰਮ ਫਿਰ ਲੈਂਦੇ ਹਾਂ ਸਵੇਰੇ ਆ ਕੇ ਅੱਜ ਕੱਲ੍ਹ ਮੀਂਹ ਕਰਕੇ ਘਰ ਖਰਾਬ ਹੋ ਗਿਆ ਅਤੇ ਹੁਣ ਫਿਰ ਇੱਕ ਵਾਰੀ ਅਕਤੂਬਰ ਵਿੱਚ ਜਾ ਕੇ ਫਿਰ ਇਹ ਠੀਕ ਹੋ ਜਾਏਗਾ ਗ੍ਰੀਨ ਹੋ ਜਾਏਗਾ ਅਤੇ ਨੰਗੇ ਪੈਰੀ ਇੱਥੇ ਘੁੰਮਣ ਦਾ ਜਿਹੜਾ ਉਹ ਬਹੁਤ ਆਨੰਦ ਆਉਂਦਾ ਠੀਕ ਹੈ ਨਾ ਜੀ ਅਤੇ ਇਹ ਜਿਹੜੀ ਹੈ ਇਹ ਬੂਟੇ ਜਿਹੜੇ ਹੈ ਜੋ ਵੀ ਹੈ ਕੋਈ ਮੇਰਾ 30-35-40 ਸਾਲ ਪੁਰਾਣੇ ਵੀ ਹੈਗੇ ਨੇ ਕੁਛ ਮੈਂ ਨਵੇਂ ਲਿਆ ਕੇ ਜਿਹੜੇ ਹੈ ਉਹ ਵੀ ਯੂਜ਼ ਕਰਦੀ ਰਹਿੰਦੀ ਹਾਂ ਅਮਰੂਦ ਵੀ ਦੋ ਨੇ ਕੜੀ ਪੱਤਾ ਵੇ ਜਾਮਨ ਹੈ ਫਿਰ ਇੱਧਰ ਜਾਈਏ ਤਾਂ ਨੁਕਾਟ ਹੈ ਹਾਂਜੀ ਬਹੁਤ ਪੌਦੇ ਨੇ ਇੱਧਰ ਆਓ ਜਰਾ ਇੱਧਰ ਨਾ ਆਪਾਂ ਦਿਖਾਈਏ ਵੀ ਇੱਕ ਛੋਟਾ ਜਿਹਾ ਨਿੰਬੂ ਛੋਟਾ ਜਿਹਾ ਨਿੰਬੂ ਹੈ ਅਸੀਂ ਕਦੋਂ ਦੇ ਇਹਦੇ ਨਿੰਬੂ ਖਾ ਰਹੇ ਹਾਂ ਅਤੇ ਦੇਖੋ ਕਿੰਨੇ ਨਿੰਬੂ ਲੱਗਦੇ ਨੇ ਇਹਨੂੰ ਇੱਕ ਸਾਲ ਦੇ ਵਿੱਚ ਹੀ ਇਹ ਫਲ ਦੇਣਾ ਸ਼ੁਰੂ ਹੋ ਜਾਂਦਾ ਵੇ ਔਰ ਨਿੰਬੂ ਇਸਦੇ ਬਹੁਤ ਹੀ ਨਰਮ ਮੈਂ ਇੱਕ ਤੋੜ ਕੇ ਦਿਖਾਵਾਂ ਇਹ ਬਹੁਤ ਨਰਮ ਵਾਲੇ ਹਰੇ ਵਿੱਚ ਵੀ ਪੂਰਾ ਰਸ ਹੁੰਦਾ ਐਨ ਦਬਾਓ ਤਾਂ ਅੰਦਰ ਤੱਕ ਜਾਂਦਾ ਬਹੁਤ ਵਧੀਆ ਵਾਲੇ ਇਹ ਨਿੰਬੂ ਜਿਹੜੇ ਨੇ ਇਹ ਇਸ ਪੌਦੇ ਦੇ ਹੈਗੇ ਨੇ ਅਤੇ ਮੇਰਾ ਜੀ ਕਰ ਰਿਹਾ ਵੀ 2-4 ਪੌਦੇ ਇਹਦੇ ਜ਼ਰੂਰ ਹੋਰ ਲਗਾਏ ਜਾਣ ਤਾਂ ਕਿ ਜਿਹੜਾ ਨਿੰਬੂਆਂ ਦਾ ਘਾਟਾ ਨਾ ਰਹੇ ਨਿੰਬੂ ਤਾਂ ਬਹੁਤ ਵਧੀਆ ਸੀ ਪਰ ਅੱਜ ਕੀ ਕੋਈ ਮੌਸਮ ਨੇ ਖਰਾਬੀ ਕੀਤੀ ਉਹ ਵਾਲੇ ਵੱਡੇ ਨਿੰਬੂ ਨੂੰ ਨਹੀਂ ਲੱਗੇ ਅਤੇ ਇਹ ਮੇਰੀ ਤੁਹਾਨੂੰ ਮੈਂ ਕਰਾਤੀ ਹਾਂਜੀ ਇੱਕ ਆਹ ਮੈਂ ਦਿਖਾ ਦਾਂ ਵੀ ਇਹ ਜਿਹੜਾ ਗਰੰਟਾ ਹੈ ਨਾ ਇਹਨੂੰ ਗਰੰਟਾ ਕਹਿੰਦੇ ਆ ਅਤੇ ਇਹ ਜਿਹੜਾ ਹੈ ਨਾ ਇਹ ਵੀ ਜਿਹੜਾ ਇਹ ਮੇਰਾ 40 ਸਾਲ ਪੁਰਾਣਾ ਵੀ ਇੱਥੇ ਹੀ ਮੈਂ 40 ਸਾਲ ਤੋਂ ਨਹੀਂ ਰਹਿ ਰਹੀ ਲੇਕਿਨ ਜਿੱਥੋਂ ਮੈਂ 19 'ਚ ਰਹਿੰਦੀ ਸੀ ਉੱਥੇ ਮੈਂ ਲੋਨ ਦੇ ਆਸ ਪਾਸ ਲਾਇਆ ਸੀ ਅਤੇ ਮੈਂ ਕਟਿੰਗ ਲਿਆਈ ਸੀ ਇੱਥੇ ਲਿਆ ਕੇ ਲਾਈ ਇਹ 22 ਸਾਲਾਂ ਤੋਂ ਇਹ ਵੀ ਲੱਗੀ ਹੋਈ ਹੈ ਮਜ਼ਾ ਆ ਜਾਂਦਾ ਇਹਨੂੰ ਵੇਖ ਕੇ ਇਹਦੀ ਗ੍ਰੀਨਰੀ ਨੂੰ ਦੇਖ ਕੇ ਜਦੋਂ ਇਹਦੇ ਫੁੱਲ ਖਿੜਦੇ ਨੇ
ਤਾਂ ਉਦੋਂ ਤੋਂ ਪੂਰੀ ਬਾਹਰ ਆ ਜਾਂਦੀ ਹੈ ਬੋਗਨ ਵਿਲਾ। ਬੋਗ ਇੱਧਰ ਜਿਹੜਾ ਬੋਗਨ ਵਿਲਾ ਨਾ ਜੀ, ਇਹ ਜਿਹੜਾ ਹੁੰਦਾ ਤਾਂ ਮੌਸਮ ਦੇ ਫੁੱਲਾਂ ਨਾਲ ਹੀ ਹੈ, ਪਰ ਇਹਦੇ ਫੁੱਲ ਬਹੁਤ ਸੋਹਣੇ ਤਰ੍ਹਾਂ ਤਰ੍ਹਾਂ ਦੇ। ਇਹ ਪਤਾ ਨਹੀਂ ਕਿੰਨੇ, 10-15 ਬੂਟੇ ਇੱਧਰ, 10-15 ਬੂਟੇ ਉੱਧਰ। ਅਤੇ ਇਹ ਸੀਗੀ ਮੇਰੇ ਲੋਨ ਦੀ ਸੈਰ, ਅਤੇ ਸਬਜ਼ੀਆਂ ਵਾਲਾ ਅਸੀਂ ਉੱਧਰ ਬਣਾਇਆ ਹੋਇਆ। ਫਿਰ ਕਦੀ ਤੁਹਾਡੇ ਨਾਲ ਮਿਲਾਂਗੀ ਅਤੇ ਮੈਂ ਤੁਹਾਨੂੰ ਦਿਖਾਵਾਂਗੀ ਉਹ ਵਾਲਾ ਲੋਨ ਵੀ। ਅਤੇ ਹੁਣ ਵਾਸਤੇ ਤੁਸੀਂ, ਮੈਂ ਨਾ ਇੱਕ ਵਾਰੀ ਇਹ ਦਿਖਾਉਣਾ ਚਾਹੁੰਦੀ, ਇਹ ਵੀ ਇੱਕ ਫਾਰਮ ਹੈ ਨਾ ਜੀ, ਅਤੇ ਇਹ ਵੀ ਬਹੁਤ ਸੋਹਣਾ ਲੱਗਦਾ, ਪਰ ਮੇਰੇ ਨਿੰਬੂ ਦੇ ਥੱਲੇ ਆ ਗਿਆ, ਫਿਰ ਵੀ ਚਲੋ ਦਿਸਣ ਤੋਂ ਵਧੀਆ। ਅਤੇ ਤੁਹਾਡਾ ਬਹੁਤ ਬਹੁਤ ਵਧੀਆ ਸ਼ੁਕਰੀਆ ਵੀ ਤੁਸੀਂ ਸਾਰੇ ਮੈਨੂੰ ਦੇਖ ਰਹੇ ਹੋ। ਮੈਂ ਤੁਹਾਨੂੰ ਕਰਾਈ ਆਪਣੇ ਲੋਨ ਦੀ ਸੈਰ, ਜਦਕਿ ਅਜੇ ਘਾਹ ਵਧੀਆ ਨਹੀਂ ਹੋਇਆ, ਪਰ ਈਵਨ ਮੈਂ ਕਰਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਖਣ ਵਾਸਤੇ।